ਸਾਡੇ ਦੋ SHOs ਜਿਹੜੇ ਨੇ ਉਹ ਇੰਜਰਡ ਹੋਏ ਸੀਗੇ, ਉਹ ਇੱਥੇ ਅਮਨਦੀਪ ਹਸਪੀਟਲ ਦੇ ਵਿੱਚ ਐਡਮਿਟ ਹੋਏ ਨੇ। ਉਹਨਾਂ ਦਾ ਡਾਕਟਰਸ ਦੀ ਟੀਮ ਵੱਲੋਂ ਜਿਹੜਾ ਸਾਰਾ ਉਪਚਾਰ ਚੱਲ ਰਿਹਾ ਉਹਨਾਂ ਨੂੰ ਦੇਖ ਰਹੇ ਨੇ ਅਤੇ ਉਹਨਾਂ ਦੀ ਟ੍ਰੀਟਮੈਂਟ ਹੋ ਰਿਹਾ। ਡਾਕਟਰਸ ਵੱਲੋਂ ਇਹੀ ਕਿਹਾ ਜਾ ਰਿਹਾ ਵੀ ਦੇ ਆਰ ਆਊਟ ਆਫ ਡੇਂਜਰ, ਉਹਨਾਂ ਦੋਨਾਂ ਦੇ ਹੱਥਾਂ ਦੇ ਉੱਪਰ ਜਿਹੜੀ ਇੰਜਰੀ ਹੋਈ ਹੈਗੀ ਹੈ, ਸੋ ਉਹਨਾਂ ਦਾ ਜੋ ਬਣਦਾ ਟ੍ਰੀਟਮੈਂਟ ਉਹ ਸਾਰਾ ਚੱਲ ਰਿਹਾ। ਦੇਖੋ ਇਸ ਚੀਜ਼ ਬਾਰੇ ਜਿਹੜਾ ਹੁਣ ਤੱਕ ਮੈਨੂੰ, ਮੈਂ ਤਾਂ ਇੱਥੇ ਹੋਸਪਿਟਲ ਦੇ ਵਿੱਚ ਉਹਨਾਂ ਨੂੰ ਦੇਖ ਰਿਹਾ, ਜੋ ਇਨਫੋਰਮੇਸ਼ਨ ਹੈ ਕਿ ਕੋਈ ਨਿਹੰਗ ਬਾਣੇ ਦੇ ਟਾਈਪ ਦੇ ਵਿੱਚ ਜਿਹੜਾ ਹੈਗਾ ਕਿਸੇ ਦੇ ਨਾਲ ਕੋਈ ਇਹਨਾਂ ਦਾ ਜਿਹਨਾਂ ਨੇ ਅਟੈਕ ਕੀਤਾ ਸੀਗਾ ਇਹਨਾਂ 'ਤੇ, ਉਸ ਬਾਰੇ ਇਹਨਾਂ ਨੂੰ ਇੱਥੇ ਐਡਮਿਟ ਕਰਾਇਆ ਗਿਆ। ਬਾਕੀ ਜੋ ਵੀ ਇਹਨਾਂ ਦਾ ਉੱਥੇ ਕਾਰਵਾਈ ਹੈਗੀ ਮੌਕੇ 'ਤੇ, ਉਹ SSP ਸਾਹਿਬ ਤਰਨ ਤਾਰਨ ਜਿਹੜੇ ਉਹ ਦੇਖ ਰਹੇ ਨੇ। ਹੀ ਨੋਜ਼ ਇਟ, ਰਾਤ ਤੋਂ ਹੀ ਸਰਚ ਆਪਰੇਸ਼ਨ ਚਲਾਏ ਜਾ ਰਹੇ ਸੀ ਇਹਨਾਂ ਦੇ। ਉਸ ਚੀਜ਼ ਬਾਰੇ ਨਹੀਂ ਮੈਨੂੰ ਫਿਲਹਾਲ ਇੱਥੋਂ ਦਾ ਜਿਹੜਾ ਮੈਨੂੰ ਪਤਾ ਹੈਗਾ, ਦੈਟ ਆਈ ਕੈਨ ਟੈਲ। ਠੀਕ ਹੈ, ਬਾਕੀ ਜੋ ਵੀ ਉਸ ਚੀਜ਼ ਬਾਰੇ ਐਨਕਾਊਂਟਰ ਕਰ ਦਿੱਤੇ ਉਹਦੇ ਬਾਰੇ ਕੀ ਜਾਣਕਾਰੀ, ਉਸ ਬਾਰੇ ਜਿਹੜੀ ਵੀ ਤੁਸੀਂ ਜਾਣਕਾਰੀ ਉਹ ਤੁਸੀਂ ਮੌਕੇ ਤੋਂ ਉੱਥੋਂ ਲੈ ਸਕਦੇ ਹੋ, ਕਿਉਂਕਿ ਰਾਈਟ ਨਾਓ ਆਮ ਬਿਜ਼ੀ ਓਵਰ ਹੇਅਰ ਵਿਦ ਮਾਈ SHOs। ਮੇਰੇ ਵਾਸਤੇ ਉਹ ਪ੍ਰਾਇੋਰਟੀ ਹੈਗੀ, ਮੈਂ ਉਸ ਚੀਜ਼ ਨੂੰ ਦੇਖ ਰਿਹਾ। ਹਾਂਜੀ, ਦੋਨੋਂ SHOs ਨੇ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374-94-647, 84374-94-648। ਪੰਡਿਤ ਰਾਧੇ ਸ਼ਰਮਾ, ਚਮਤਕਾਰ ਹੁੰਦੇ ਵੇਖੋ ਆਪਣੀਆਂ ਅੱਖਾਂ ਦੇ ਸਾਹਮਣੇ, 24 ਘੰਟੇ ਵਿੱਚ ਪਾਓ ਹਰ ਪਰੇਸ਼ਾਨੀ ਦਾ ਹੱਲ। ਮੁਸਲਮਾਨੀ, ਰੂਹਾਨੀ ਅਤੇ ਕਾਲੇ ਇਲਮ ਦੇ ਬਾਦਸ਼ਾਹ, ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ। ਮੋੜੀ ਵਸ਼ੀਕਰਨ ਕਰਵਾਓ, ਮਨਚਾਹ ਪਿਆਰ ਪਾਓ, ਲਵ ਮੈਰਿਜ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਜ਼ਮੀਨੀ ਝਗੜਾ, ਨੌਕਰੀ ਕਾਰੋਬਾਰ ਚ ਰੁਕਾਵਟ, ਵਿਦੇਸ਼ ਯਾਤਰਾ, ਲਾਟਰੀ ਤੋਂ ਧਨ ਮਿਲੇਗਾ ਜਾਂ ਨਹੀਂ, ਸੱਚਾਈ ਜਾਣੋ। ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ, ਤੁਹਾਡੀ ਹਰ ਗੱਲ 100% ਗੁਪਤ ਰੱਖੀ ਜਾਵੇਗੀ। ਪਿਆਰ ਵਿੱਚ ਧੋਖਾ ਖਾਏ ਪ੍ਰੇਮੀ ਪ੍ਰੇਮਿਕਾ, ਇੱਕ ਵਾਰ ਜ਼ਰੂਰ ਮਿਲੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਮੋਬਾਈਲ 98 788-045-80-88-617। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ, ਦੈਨਿਕ ਸਵੇਰਾ ਟਾਈਮਜ਼।